ਸਸਕੈਚਵਨ ਤੋਂ ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਰਜਾਇਨਾ ਦੇ ਵਿੱਚ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਕੋਵਿਡ-19 ਦਾ ਇੱਕ ਮਰੀਜ਼ ਕਈ ਥਾਵਾਂ ਦੇ ਉੱਤੇ ਗਿਆ, ਜਿਸ ਤੋਂ ਬਾਅਦ ਉਹਨਾਂ ਸਾਰੀਆਂ ਥਾਵਾਂ ਦੇ ਵਾਸਤੇ ਕੋਵਿਡ-19 ਨੂੰ ਲੈ ਕੇ ਚੇਤਾਵਨੀ ਦੇ ਦਿੱਤੀ ਗਈ ਹੈ ਅਤੇ ਉੱਥੇ ਮੌਜੂਦ ਵਿਅਕਤੀਆਂ ਨੂੰ ਕੁਆਰੰਟੀਨ ਕਰਨ ਦੇ ਵਾਸਤੇ ਕਹਿ ਦਿੱਤਾ ਗਿਆ। ਸਸਕੈਚਵਨ ਹੈਲਥ ਅਥਾਰਟੀ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜੋ ਵਿਅਕਤੀ ਕੋਵਿਡ-19 ਤੋਂ ਮਰੀਜ਼ ਸੀ ਉਸ ਨੂੰ ਇਸ ਬਿਮਾਰੀ ਨੇ ਸਤੰਬਰ 6 ਤੋਂ 9 ਦੇ ਦਰਮਿਆਨ ਘੇਰਿਆ, ਜਿਸ ਤੋਂ ਬਾਅਦ ਉਹ ਨੌਰਥ YMCA ਦੇ ਉੱਤੇ ਸਤੰਬਰ 6 ਨੂੰ ਗਿਆ, ਜਿੱਥੇ ਉਹ ਦੁਪਹਿਰ ਨੂੰ 12:30 ਤੋਂ 2 ਵਜੇ ਦੇ ਸਮੇਂ ਦੇ ਵਿੱਚ ਮੌਜੂਦ ਸੀ। ਫਿਰ ਉਹ ਰਜਾਇਨਾ ਏਅਰਪੋਰਟ ਅਤੇ ਐਂਟਰਪ੍ਰਾਈਜ਼ ਐਟ ਏਅਰਪੋਰਟ ਦੇ ਉੱਤੇ ਗਿਆ, ਜਿੱਥੇ ਉਸਨੇ ਕਿਸੇ ਨੂੰ ਪਹਿਲਾਂ ਪਿੱਕ ਕੀਤਾ, ਜੋ ਕਿ ਸਤੰਬਰ 7 ਨੂੰ ਸਵੇਰੇ 11:30 ਵਜੇ ਤੋਂ ਦੁਪਹਿਰ ਦੇ 12:30 ਵਜੇ ਦੇ ਸਮੇਂ ਦਰਮਿਆਨ ਸੀ, ਅਤੇ ਫਿਰ ਉਸਨੇ ਏਅਰਪੋਰਟ ਦੇ ਉੱਤੇ ਕਿਸੇ ਨੂੰ ਛੱਡਿਆ ਸਤੰਬਰ 7 ਨੂੰ ਸ਼ਾਮ ਨੂੰ ਹੀ 7 ਵਜੇ ਤੋਂ 8 ਵਜੇ ਦੇ ਦਰਮਿਆਨ। ਅਤੇ ਫਿਰ ਉਹ ਟੇਲਰ ਲੈਕਸਿਸ ਟੋਇਟਾ ਬੋਡੀ ਸ਼ੋਪ ਦੇ ਉੱਤੇ ਵੀ ਸਤੰਬਰ 8 ਨੂੰ ਗਿਆ, ਜਿੱਥੇ ਉਹ ਦੁਪਹਿਰ ਨੂੰ 1:30 ਵਜੇ ਤੋਂ 2:30 ਵਜੇ ਤੱਕ ਮੌਜੂਦ ਸੀ। ਅਤੇ ਫਿਰ ਉਹ AK Tire ਜੋ ਕਿ 22B 7th Avenue ਦੇ ਉੱਤੇ ਮੌਜੂਦ ਹੈ, ਸਤੰਬਰ 9 ਨੂੰ ਗਿਆ, ਜਿੱਥੇ ਉਹ 2:15 ਦੁਪਹਿਰ ਦੇ ਤੋਂ ਲੈ ਕੇ 2:30 ਵਜੇ ਦੁਪਹਿਰ ਦੇ ਸਮੇਂ ਤੱਕ ਸੀ। ਅਤੇ ਉਸ ਤੋਂ ਬਾਅਦ ਹਾਰਬਰ ਲੈਂਡਿੰਗ ਵਾਲਮਾਰਟ ਗਿਆ ਉਹ, ਜਿੱਥੇ ਉਹ ਸਤੰਬਰ 9 ਨੂੰ ਗਿਆ, ਅਤੇ ਉੱਥੇ ਉਹ 3:30 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਮੌਜੂਦ ਸੀ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਜਿਹੜੀਆਂ ਇਹ ਥਾਵਾਂ ਨੇ ਉਹਨਾਂ ਦੇ ਉੱਤੇ ਕਾਮਿਆਂ ਨੂੰ ਤਾਂ ਜਾਣਕਾਰੀ ਦੇ ਦਿੱਤੀ ਹੈ, ਪਰ ਨਾਲ ਹੀ ਜਿਹੜੇ ਵੀ ਵਿਅਕਤੀ ਇਹਨਾਂ ਥਾਵਾਂ ਦੇ ਉੱਤੇ ਇਹਨਾਂ ਤਰੀਕਾਂ ਦੇ ਦੌਰਾਨ ਗਏ ਸੀ ਤਾਂ ਉਹ ਖੁਦ ਨੂੰ 14 ਦਿਨ ਵਾਸਤੇ ਕੁਆਰੰਟੀਨ ਕਰ ਲੈਣ। ਜੇਕਰ ਕਿਸੇ ਨੂੰ ਵੀ ਕੋਵਿਡ-19 ਨਾਲ ਸੰਬੰਧਿਤ ਕੋਈ ਲੱਛਣ ਦਿਖਾਈ ਦਿੰਦੇ ਨੇ ਤਾਂ ਹੈਲਥ ਲਾਈਨ 811 ਦੇ ਉੱਤੇ ਸਿੱਧਾ ਸੰਪਰਕ ਕੀਤਾ ਜਾਵੇ ਅਤੇ ਨਾਲ ਹੀ ਟੈਸਟ ਕਰਵਾਇਆ ਜਾਵੇ।